ਦਵਿੰਦਰ ਸਿੰਘ ਜੀ, ਮੇਰਾ ਜੀ ਕਮਾਲਪੁਰ ਜੀ। ਸੈਕਟਰੀ ਹੋ ਜੀ ਤੁਸੀਂ ਹਾਂਜੀ, ਸਿਕੰਦਰ ਵਰ ਸਟੱਡੀ ਦੇ ਸੇਲਸਮੈਨ ਮੈਨ ਜੀ। ਨਹੀਂ, ਇਹ ਬਿਲਕੁਲ ਝੂਠ ਗੱਲ ਹੈ ਜੀ, ਨਜਾਇਜ਼ ਤੌਰ ਤੇ ਕੋਈ ਰੱਖਿਆ ਗਿਆ। ਸਾਰੀ ਕਮੇਟੀ ਦੀ ਸਹਿਮਤੀ ਨਾਲ ਤੇ ਪ੍ਰਧਾਨ ਦੀ ਸਹਿਮਤੀ ਨਾਲ ਸਾਰਿਆਂ ਦੇ ਕਮੇਟੀ ਮੈਂਬਰਾਂ ਦੇ ਸਾਈਨ ਹੋਏ ਹੋਏ ਆ ਜੀ, ਤੇ ਸਰਕਾਰ ਵੱਲੋਂ ਉੱਪਰੋਂ ਚੰਡੀਗੜ੍ਹ ਤੋਂ ਪਰਮਿਸ਼ਨ ਆਈ ਆ ਤੇ ਤਾਂ ਰੱਖਿਆ ਗਿਆ ਜੀ। ਕੋਈ ਗਲਤ ਤਰੀਕੇ ਨਾਲ ਨਹੀਂ ਕੋਈ। ਕਿੰਨੇ ਪਿੰਡਾਂ ਦੀ ਇਹ ਸੁਸਾਇਟੀ ਹੈ? ਇਹ 7 ਪਿੰਡਾਂ ਦੀ ਸੁਸਾਇਟੀ ਹੈ ਜੀ। ਇਹ ਜੀ 5-6 ਸੀਗੇ। ਠੀਕ ਹੈ, ਉਹ ਪਿੰਡ ਵਾਲਾ ਕੋਈ ਪਿੰਡ ਵਾਲਿਆਂ ਵੱਲੋਂ ਕਿਹਾ ਜਾਏਗਾ ਸਾਨੂੰ ਗੁੰਮਰਾਹ ਕਰਕੇ ਸੈਂਟ ਕਰਵਾਏ ਗਏ ਨੇ ਨਜਾਇਜ਼ ਤੌਰ ਤੇ? ਨਹੀਂ, ਕੋਈ ਗੁੰਮਰਾਹ ਨਹੀਂ ਕਰਿਆ ਜੀ, ਸਾਰੇ ਸਹਿਮਤੀ ਨਾਲ ਹੋਇਆ ਜੀ, ਸਾਰਾ ਕੁਝ ਦੱਸ ਕੇ ਹੋਇਆ ਜੀ। ਇਹ ਝੂਠੀ ਖਬਰ ਹੈ ਜੀ, ਅਖਬਾਰਾਂ 'ਚ ਦਿੱਤਾ ਗਿਆ ਜੀ ਸਾਰਾ ਕੁਝ। ਚਾਰਜ ਮਿਲੇ ਕਿੰਨਾ ਟਾਈਮ ਹੋ ਗਿਆ ਜੀ ਤੁਹਾਨੂੰ? ਮੈਨੂੰ ਅਪ੍ਰੈਲ ਮਹੀਨੇ ਦਾ ਚਾਰਜ ਮਿਲਿਆ ਹੋਇਆ ਜੀ, 21 ਅਪ੍ਰੈਲ ਨੂੰ। ਨਹੀਂ ਜੀ, ਅਸੀਂ ਉਹਨਾਂ ਨੂੰ ਜਵਾਬ ਦੇ ਦਿੱਤਾ ਜੀ, ਅਸੀਂ ਭੇਜ ਦਿੱਤਾ ਜਵਾਬ ਜੀ। ਉਹਨਾਂ ਨੇ ਇਹ ਗੱਲ ਝੂਠ ਆ ਜੀ, ਅਸੀਂ ਉਹਨੂੰ ਦਿੱਤਾ ਹੋਇਆ ਜਵਾਬ ਜੀ। ਸਾਡੇ ਕੋਲ ਰਸੀਦ ਵੀ ਹੈ ਜੀ, ਜਿਹਨੇ ਦੇਖਣੀ ਦੇਖ ਵੀ ਸਕਦਾ ਜੀ। ਹਿਸਾਬ ਕਿਤਾਬ ਸਾਰਾ ਦੇ ਦਿੱਤਾ ਜੀ? ਕਿ ਆਰਟੀ ਸੀ, ਕਿ ਆਰਟੀ ਅੰਡਰ ਸਟੱਡੀ ਨਹੀਂ ਆਉਂਦੀ, ਅਸੀਂ ਕਿਸੇ ਨੂੰ ਨਹੀਂ ਦੱਸ ਸਕਦੇ। ਅਸੀਂ ਉਹ ਲਿਖ ਕੇ ਸਾਰਾ ਪ੍ਰੂਫ ਉਹਦੇ ਵਿੱਚ ਭੇਜ ਦਿੱਤਾ ਜੀ ਉਹਨਾਂ ਨੇ। ਨਾਮ ਮਲਕੀਤ ਸਿੰਘ, ਸਰਪੰਚ ਪਿੰਡ ਨੂਪੁਰ ਮੰਡ ਜੀ। ਸਾਡੀ 7 ਪਿੰਡਾਂ ਦੀ ਸੁਸਾਇਟੀ ਬਣਾਈ ਹੋਈ ਹੈ ਜੀ। ਇਹਨਾਂ ਨੇ 35 ਸਾਲ 'ਚ ਸਾਡਾ ਕੱਖ ਨਹੀਂ ਕੀਤਾ ਹੈਗਾ, ਕੋਈ ਸਾਡਾ ਕੋਲ ਸਵਾਰਿਆ ਨਹੀਂ ਇਹਨਾਂ ਨੇ। ਅੱਜ ਸਾਡੇ ਕੋਲ ਦਫ਼ਤਰ ਵੀ ਹੈ ਨਹੀਂ, 4 ਕੁਰਸੀਆਂ ਬਹਿਣ ਯੋਗ ਵੀ ਹੈ ਨਹੀਂ ਸਾਡਾ ਦਫ਼ਤਰ, ਤੁਸੀਂ ਦਿਖਾ ਸਕਦੇ ਹੋ ਅੰਦਰ ਜਾ ਕੇ? ਕੋਈ ਸਰਕਾਰੀ ਅਧਿਕਾਰੀ ਨੂੰ ਤੁਸੀਂ ਮਿਲ ਕੇ ਆਏ? ਸਰਕਾਰੀ ਨੂੰ AR ਨੂੰ ਮਿਲ ਲਏ, DR ਨੂੰ ਮਿਲ ਲਏ, ਇੰਸਪੈਕਟਰਾਂ ਨੂੰ ਮਿਲ ਲਏ, ਐਪਲੀਕੇਸ਼ਨਾਂ ਵੀ ਦੇ ਲਈਆਂ, ਕਿਸੇ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਹੈਗੀ। ਜਿਹੜਾ ਸੈਕਟਰੀ ਨਵਾਂ ਰੱਖਿਆ ਗਿਆ ਸੀ, ਕਿੰਨੇ ਮੈਂਬਰੀ ਕਮੇਟੀ ਵੱਲੋਂ ਰੱਖਿਆ ਗਿਆ? ਇਹ ਜੀ ਰੱਖਿਆ ਤਾਂ ਇੱਕ ਦੀ ਡੈਥ ਹੋਈ ਆ ਤੇ 8 ਵੱਲੋਂ ਰੱਖਿਆ ਗਿਆ, 8 ਨੇ 10 ਉਹਨਾਂ ਨੇ ਬਾਕੀ ਐਫੀਡੇਵਿਟ ਦਿੱਤੇ ਸਾਨੂੰ ਵੀ ਸਾਨੂੰ ਬਿਲਕੁਲ ਦੱਸਿਆ ਨਹੀਂ ਇਹਨਾਂ ਨੇ ਵੀ ਅਸੀਂ ਸੈਕਟਰੀ ਰੱਖਣ ਲੱਗੇ। ਕਮੇਟੀ ਇਸ ਟਾਈਮ ਚੱਲ ਰਹੀ ਹੈ ਕਿ ਭੰਗ ਗਈ? ਕਮੇਟੀ ਭੰਗ ਆ ਸਾਡੀ ਜੀ, ਮਨਿਆਦ ਖਤਮ ਹੋ ਗਈ, ਮਨਿਆਦ ਸਾਡੀ ਖਤਮ ਹੋ ਗਈ ਸਾਡੀ ਕਮੇਟੀ ਦੀ। ਇਹ ਬਿਲਕੁਲ ਇਹ ਧੱਕਾ ਕਰਦੇ ਸਾਡੇ ਨਾਲ, ਸਾਰੇ ਲੋਕਾਂ ਨਾਲ ਧੱਕਾ ਕਰਦੇ ਆ, ਕਿਸੇ ਦੀ ਮਤਲਬ ਚੱਲਣਾ ਹੀ ਨਹੀਂ ਦਿੰਦੇ ਜੀ। ਤੁਹਾਡੀ ਮੰਗ ਕੀ ਹੈ ਹੁਣ? ਸਾਡੀ ਮੰਗ ਇਹ ਆ ਜੀ, ਨਵੀਂ ਚੋਣ ਹੋਈ ਜਾਵੇ ਕਮੇਟੀ ਦੀ, ਚੋਣ ਹੋਣ ਤੋਂ ਬਾਅਦ ਨਵਾਂ ਸੈਕਟਰੀ ਰੱਖਿਆ ਜਾਵੇ, ਨਵੀਂ ਐਪਲੀਕੇਸ਼ਨ, ਨਵਾਂ ਸੈਕਟਰੀ ਮੁੰਡਾ ਭਰਤੀ ਕੀਤਾ ਜਾਵੇ। ਕਰਮਜੀਤ ਸਿੰਘ ਹੈ ਜੀ। ਇਕੱਠ ਕੀਤਾ ਪਿੰਡ 'ਚ, ਕੀ ਕਰਨਾ ਜੀ ਇਕੱਠ ਕਰਨ ਦਾ? ਇਸ ਸੰਬੰਧ ਕੀਤਾ ਜੀ, ਸਾਡੀ ਸੈਟੀ ਦਾ ਜਿਹੜਾ ਬੰਦਾ ਰੱਖਿਆ ਚੋਣ ਹੋਈ ਹੈ ਜੀ, ਉਹ ਗਲਤ ਹੋਈ ਹੈ ਜੀ। ਅਸੀਂ ਪਹਿਲਾਂ ਕੁਲਦੀਪ ਸਿੰਘ ਸੈਕਟਰੀ ਦੇ ਨਾਲ ਤੇ ਸਾਰੇ ਬੰਦੇ 5-6 ਘਰ ਸਾਡੇ ਖੁਦ ਨਾਲ ਤੇ ਜੀ, ਉਹਨਾਂ ਦੇ ਸਾਨੂੰ ਖੁਦ ਨਹੀਂ ਦੱਸਿਆ ਤੇ ਆਮ ਪਾਵਲਾ ਹੁਣ ਤਾਂ ਕਿੱਥੇ ਦੱਸਣਾ ਪਹਿਲਾਂ ਨੇ। ਤੇ ਅਸੀਂ ਪੁੱਛਦੇ ਰਹੇ, ਅਸੀਂ ਕਿਹਾ ਵੀ ਸੈਕਟਰੀ ਆਪਣਾ ਰਿਟਾਇਰ ਹੋ ਗਿਆ, ਤੁਸੀਂ ਰਿਟਾਇਰ ਹੋ ਗਏ, ਵੀ ਨਵੇਂ ਭਰਤੀ ਕਦੋਂ ਹੋਣੀ ਹੈ? ਕਹਿੰਦਾ ਵੀ ਹਜੇ ਭਰਤੀ ਤਾਂ ਕਿੱਥੇ ਹੋਣੀ ਆ, ਸੈਟੀ ਆਪਣੀ ਘੱਟ ਜਾ ਰਹੀ ਆ। ਅਸੀਂ ਚਲੋ ਠੀਕ ਹੈ ਜੀ, ਸਾਨੂੰ ਹੈਡੋ ਵੇਟਰਾਂ ਲਾਤਾ ਜੀ, ਤੇ ਇੱਕ ਸੀਜ਼ਨ ਭੱਲ ਗਿਆ, 6 ਮਹੀਨੇ 6 ਮਹੀਨੇ ਨਾਲ ਦੇਣ ਲੈਣ ਸਾਡਾ ਹੈਡੋ ਨਾ ਹੋਇਆ ਜੀ। ਉਸ ਤੋਂ ਬਾਅਦ ਜੀ ਇਹਨਾਂ ਨੇ ਅੰਦਰੋਂ ਗਤੀ ਆਪਣੇ ਆਪ ਹੀ, ਮੈਂਬਰ ਅਨਪੜ੍ਹ ਸੀਗੇ ਜਿਹੜੇ ਸਾਡੇ, ਇੱਕ ਤਾਂ ਖੁਦ ਮੇਰਾ ਭਾਈ ਸੀਗਾ ਊਠਾ ਸ਼ਾਹ, ਉਹਨੂੰ ਕਹਿੰਦਾ ਜੀ ਅੱਜ ਰੇਹ ਦੀ ਆਪਣਾ ਰੇਹ ਦਾ ਹਿੱਸੇਦਾਰੀ ਬਣਾਉਣੀ ਆ, ਆਇਆ ਕਰਨਾ ਬਹੁਤ, ਕਹਿੰਦਾ ਸਾਈਨ ਕਰਾ ਲਿਆ ਜੀ ਉਹਨਾਂ ਕੋਲੋਂ। ਦੂਜਾ ਨੰਬਰ ਤੇ ਜਦੋਂ ਇਹਨਾਂ ਨੇ ਕਰਿਆ, ਗੁਪਤ ਕਰਿਆ, ਜਿਹੜੇ ਮੈਂਬਰ ਰੱਖੇ ਆ ਦੁਆ ਜਿਹੜਾ ਆਪਣਾ ਰੱਖਿਆ ਨਾ ਸੇਲਜ ਸੈਕਟਰੀ, ਕਿਸੇ ਵੀ ਬੰਦੇ ਨੂੰ ਪਤਾ ਨਹੀਂ ਲੱਗਣ ਦਿੱਤਾ ਇਹਨਾਂ ਨੇ, ਰਜਿਸਟਰ ਬੰਦ ਦੇ ਵਿੱਚ ਸਾਰਾ ਕੁਝ ਕਰੀਗਾ ਜੀ, ਰਜਿਸਟਰ ਰੱਖਿਆ ਜੀ, ਥੱਲੇ ਸਾਈਨ ਕਰਾ ਕੇ ਬਸ ਪੂਰਾ ਕਰਕੇ, ਕਿਸੇ ਨੂੰ ਦੱਸਿਆ ਨੀ ਜੀ, ਪੇਤੇ ਨਹੀਂ ਲੱਗਣ ਦਿੱਤਾ ਜੀ। ਇਹ ਜਿਹੜਾ ਨਵਾਂ ਸੈਕਟਰੀ ਰੱਖਿਆ, ਕਿੰਨੇ ਟਾਈਮ ਤੋਂ ਰੱਖਿਆ ਗਿਆ ਜੀ? 3 ਕੁ ਮਹੀਨੇ ਹੋਏ ਜੀ ਅਜੇ। ਤੇ ਕਿੰਨੇ ਕਿੰਨੇ ਮੈਂਬਰੀ ਨੇ ਚੁਣਿਆ ਸੀ ਕਮੇਟੀ? ਇਹ 8 ਮੈਂਬਰ ਤੇ ਜੀ। ਤੇ ਕਮੇਟੀ ਚੱਲ ਰਹੀ ਹੈ, ਭੰਗ ਆ ਜੀ? ਭੰਗ ਆ ਜੀ। ਹੁਣ ਮੰਗ ਕੀ ਹੈ ਤੁਹਾਡੀ? ਸਾਡੀ ਮੰਗ ਇਹ ਆ ਜੀ, ਇੱਕ ਤਾਂ ਸਾਡੀ ਨਵੀਂ ਚੋਣ ਹੋਈ ਜਾਵੇ, ਦੂਜੀ ਗੱਲ ਜਿਹੜਾ ਮੁੰਡਾ ਸੈਕਟਰੀ ਰੱਖਿਆ ਉਹਦੀਆਂ ਐਪਲੀਕੇਸ਼ਨਾਂ ਸਾਰੇ ਬੰਦਿਆਂ ਨੇ ਦਿੱਤੀਆਂ ਜਾਣ, ਜਿਹੜੇ ਮੁੰਡੇ ਪੜ੍ਹੇ ਲਿਖੇ ਆ, ਸਾਰੀਆਂ ਕਾਸਟਾਂ ਤੋਂ ਦਿੱਤੀਆਂ ਜਾਣ। ਇਹ ਨਾ ਹੋਵੇ ਵੀ ਜਰਨਲ ਜਾਂ SC ਜਾਂ, ਸਾਰੇ ਸਾਡੇ ਮੁੰਡੇ ਸਾਰੇ ਦੇਣੇ ਵਾਲੇ ਹੈਗੇ ਐਪਲੀਕੇਸ਼ਨ, ਜਿਹੜਾ ਪਾਸ ਹੋਊਗਾ ਉਹ ਸੈਕਟਰੀ ਲੱਗਿਆ ਲੱਗੇਗਾ ਬਸ। ਸਾਡਾ ਇਨਸਾਫ ਇਹੀ ਆ ਜੀ, ਸਾਡਾ ਕਿਸੇ ਨਾਲ ਗੁੱਸਾ ਨਹੀਂ, ਸਾਡੇ ਨਾਲ ਕਿਸੇ ਨਾਲ ਗੱਲਾਂ ਨਹੀਂ ਹੈਗਾ, ਸਾਰੇ 7 ਪਿੰਡਾਂ ਦਾ ਇਹੀ ਆ ਵੀ ਸਾਡਾ ਵੀ ਚੋਣ ਸਾਡੇ ਸਾਹਮਣੇ ਕੀਤੀ ਜਾਵੇ ਬਸ, ਜੋ ਵੀ ਹੈਗੀ ਆ ਐਪਲੀਕੇਸ਼ਨ। ਆਰਕੇ ਤਾਂਤਰਿਕ, ਅਗੋਰੀ ਤਾਂਤਰਿਕ ਇਨ ਕਾਮਖਿਆ, ਅਸੀਂ ਕਹਿੰਦੇ ਨਹੀਂ ਕਰਕੇ ਦਿਖਾਉਂਦੇ ਹਾਂ। ਕਿਸੇ ਵੀ ਤਰ੍ਹਾਂ ਦਾ ਕਾਲਾ ਜਾਦੂ ਕਰੋ ਜਾਂ ਤੁੜਵਾਓ, ਕੇਵਲ 8 ਘੰਟਿਆਂ ਵਿੱਚ, ਸਿਰਫ 5 ਘੰਟਿਆਂ ਵਿੱਚ ਅੱਜ ਹੀ ਵਸ਼ੀਕਰਨ ਕਰਵਾਓ ਜਾਂ ਫਿਰ ਤੁੜਵਾਓ। ਕਾਰੋਬਾਰ, ਨੌਕਰੀ, ਪ੍ਰੇਮ ਵਿਵਾਹ, ਝਗੜੇ, ਦੁਸ਼ਮਣ ਤੋਂ ਛੁਟਕਾਰਾ, ਵਿਦੇਸ਼ ਯਾਤਰਾ, ਘਰੇਲੂ ਕਲੇਸ਼, ਪੜ੍ਹਾਈ ਵਿੱਚ ਰੁਕਾਵਟ, ਸਿਰਫ 11 ਘੰਟੇ ਵਿੱਚ ਪਾਓ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਹੱਲ। ਜੇਕਰ ਅੱਜ ਹੀ ਕਹਿ ਦਿੱਤਾ ਕਿ ਲੋਟਰੀ ਨਿਕਲੇਗੀ ਤਾਂ 100% ਲੋਟਰੀ ਕੱਢ ਕੇ ਦਿਖਾਉਂਦੇ ਹਾਂ। ਕਾਲ ਜਾਂ ਵਟਸਐਪ ਕਰੋ 9460170252 ਉੱਤੇ। ਸਾਡਾ ਪਤਾ ਹੈ ਕਾਮਖਿਆ ਪੀਠ, ਗੁਹਾਟੀ, ਅਸਮ। ਪਿੰਨ ਕੋਡ ਹੈ 78101।